ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ 17 ਸਤੰਬਰ ਨੂੰ ਬੰਦ ਰਹਿਣਗੇ ਸਾਰੇ ਸਰਕਾਰੀ ਦਫ਼ਤਰ ਅਤੇ ਸਕੂਲਾਂ ਕਾਲਜਾਂ ਨੂੰ ਕਿਉਂ ਜਲੰਧਰ ਦੇ ਪ੍ਰਸ਼ਾਸਨ ਸ਼੍ਰੀ ਸੱਤ ਬਾਬਾ ਸੂਡਲਾ ਮੇਲੇ ਨੂੰ ਲੈ ਕੇ 17 ਸਤੰਬਰ ਯਾਨੀ ਕਿ ਮੰਗਲਵਾਰ ਨੂੰ ਸ਼ਹਿਰ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਬਾਬਾ ਸੂਡਲ ਦੇ ਮੇਲੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ ਨਗਰ ਮਾ ਬੋਰਡਾਂ ਤੇ ਸਕੂਲਾਂ ਕਾਲਜਾਂ ਨੂੰ ਬੰਦ ਰੱਖਣ ਦੀ ਹੁਕਮ ਜਾਰੀ ਕੀਤੇ ਗਏ ਹਨ ਜੇਕਰ ਜੁਗ ਹੈ ਕਿ ਬਾਬਾ ਸੂਡਲਾ ਮੇਲੇ ਦੇ ਦੌਰਾਨ ਦੇਸ਼ ਭਰ ਤੋਂ ਲੱਖਾਂ ਦੀ ਗੈਨਤਿਰ ਵਿੱਚ ਸ਼ਰਧਾਲੂ ਆਪਣਿਆ। ਮਨੋਂ ਕਾਮਨਾ ਨੂੰ ਲੈ ਕੇ ਬਾਬਾ ਸੋਢਲ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਹਾਂ ਤੇ ਤਿੰਨ ਦਿਨ ਪਹਿਲਾਂ ਹੀ ਮੇਲਾ ਭਰਨਾ ਸ਼ੁਰੂ ਹੋ ਜਾਂਦਾ ਹੈ ਅਰਬਿੰਦਾ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਕੌਣ ਚਲਾਏਗਾ ਦਿੱਲੀ ਵਿੱਚ ਸਰਕਾਰ ਕੀ ਕਹਿੰਦਾ ਹੈ ਕਾਨੂੰਨ ਤਾਂ ਦੋਸਤੋ ਦਿੱਲੀ ਦੇ ਮੁੱਖ ਮੰਤਰੀ ਅਰਬਿੰਦਾ ਕੇਜਰੀਵਾਲ ਨੇ ਅਗਲੇ 2 ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਅਰਬਿੰਦਾ ਕੇਜਰੀਵਾਲ ਨੇ ਕਿਹਾ ਹੈ ਕਿ ਅਗਲੇ 2 ਦਿਨਾਂ ਦੇ ਵਿੱਚ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਤੇ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ ਹੁਣ ਸਵਾਲ ਇਹ ਔਰਦਾ ਹੈ ਕਿ ਜਦੋਂ ਕੋਈ ਮੁੱਖ ਮੰਤਰੀ ਅਸਤੀਫਾ ਦਿੰਦਾ ਹੈ ਤਾਂ ਸੁਬੇ ਦੀ ਸਰਕਾਰ ਕੌਣ ਚਲਾਉਂਦਾ ਹੈ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਮੁੱਖ ਮੰਤਰੀ ਦਾ ਅਸਤੀਫਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਵਾਲ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਅਰਵਿੰਦ ਕੇਰਵਾਲ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਮੈਂ ਜਨਤਾ ਦੀ ਕਚਹਿਰੀ ਦੇ ਵਿੱਚ ਜਦ ਤਨ ਤੱਕ ਸੀਐਮ ਨਹੀਂ ਬਣਾਗਾ ਮੈਂ ਚਾਹੁੰਦਾ ਹਾਂ ਕਿ ਦਿੱਲੀ ਦੀਆਂ ਚੋਣਾਂ ਨਵੰਬਰ ਦੇ ਵਿੱਚ ਹੋਣ ਜਨਤਾ ਦੇ ਵੋਟਾਂ ਤੇ ਮੈਨੂੰ ਜਿੱਤਣ ਤੋਂ ਬਾਅਦ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾਂਗਾ ਹਾਲਾਂਕਿ ਹਜੇ ਇਹ ਸਪਸ਼ਟਾ ਨਹੀਂ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ ਸਿਆਸੀ ਹਲਕਿਆਂ ਵਿੱਚ ਕਈ ਨਾਮਾਂ ਤੇ ਚਰਚਾ ਹੋ ਰਹੀ ਹੈ ਅਸਤੀਫੇ ਤੋਂ ਬਾਅਦ ਕੌਣ ਚਲਾਏਗਾ ਸਰਕਾਰ ਹੁਣ ਸਵਾਲ ਇਹ ਹੈ ਕਿ ਅਰਵਿੰਦ ਕੇਰਿਵਾਲ ਦੇ ਅਸਤੀਫੇ ਤੋਂ ਬਾਅਦ ਸੂਬੇ ਦਾ ਮੁੱਖ ਮੰਤਰੀ ਕੌਣ ਹੋਵੇਗਾ ਅਤੇ ਨਵੇਂ ਮੁੱਖ ਮੰਤਰੀ ਦੇ ਸੌਚਣ ਤੱਕ ਸੂਬੇ ਦਾ ਸ਼ਾਸਨ ਕੌਣ ਸੰਭਾਲੇਗਾ ਜਾਣਕਰ ਦੇ ਅਨੁਸਾਰ ਕੋਈ ਵੀ ਮੁੱਖ ਮੰਤਰੀ ਆਪਣਾ ਅਸਤੀਫਾ ਰਾਜਪਾਲ ਉਪ ਰਾਜਪਾਲ ਨੂੰ ਸੌਂਪਦਾ ਹੈ ਪਰ ਅਸਤੀਫਾ ਦੇਣ ਤੋਂ ਬਾਅਦ ਉਹ ਮੁੱਖ ਮੰਤਰੀ ਉਦੋਂ ਤੱਕ ਰਾਜ ਦੇ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿੰਦੇ ਹਨ ਜਦੋਂ ਤੱਕ ਨਵਾਂ ਮੁੱਖ ਮੰਤਰੀ ਸੌ ਨਹੀਂ ਚੁੱਕ ਲੈਂਦਾ ਜਾਣਕਰ ਦੇ ਅਨੁਸਾਰ ਜਦੋਂ ਮੁੱਖ ਮੰਤਰੀ ਰਾਜ ਦੇ ਉਪ ਰਾਜਪਾਲ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਦਾ ਹੈ ਤਾਂ ਰਾਜਪਾਲ ਉਪ ਰਾਜਪਾਲ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਤੱਕ ਰਾਜ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਿਰਦੇਸ਼ ਦਿੰਦੇ ਹਨ ਵੱਡੀ ਰਾਹਤ ਹੁਣ 90 ਦਿਨ ਹੋਰ ਮੁਫਤ ਅਪਡੇਟ ਹੋਵੇਗਾ ਆਧਾਰ ਕਾਰਡ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ ਦੇ ਵਿੱਚ ਵਾਧਾ ਕਰ ਦਿੱਤਾ ਹੈ ਪਹਿਲਾਂ ਇਹ ਸਮਾਂ ਸੀਮਾ 14 ਸਤੰਬਰ 2024 ਸੀ ਜਿਸ ਨੂੰ ਹੁਣ 14 ਦਸੰਬਰ 2024 ਤੱਕ ਵਧਾ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਆਧਾਰ ਕਾਰਡ ਧਾਰਕ ਹੁਣ ਅਗਲੇ 90 ਦਿਨਾਂ ਤੱਕ ਆਧਾਰ ਦੇ ਵਿੱਚ ਦਰਜ ਕੀਤੀ ਗਈ ਜਾਣਕਾਰੀ ਨੂੰ ਬਿਨਾਂ ਕਿਸੇ ਚਾਰਜ ਦੇ ਆਨਲਾਈਨ ਅਪਡੇਟ ਕਰ ਸਕਦੇ ਹਨ ਹਾਲਾਂਕਿ ਇਹ ਸੇਵਾ ਸਿਰਫ ਆਨਲਾਈਨ ਉਪਲਬਧ ਹੈ ਜੇਕਰ ਤੁਸੀਂ ਆਧਾਰ ਕੇਂਦਰ ਤੇ ਜਾ ਕੇ ਕਿਸੇ ਵੀ ਜਾਣਕਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਫੀਸ ਅਦਾ ਕਰਨੀ ਪਵੇਗੀ ਰੇਲਵੇ ਬੈਕਚਾ ਐਨਟੀਪੀਸੀ ਭਾਰਤ ਦੇ ਲਈ ਸ਼ੁਰੂ ਹੋਈ ਅਰਜੀ ਪ੍ਰਕਿਰਿਆ rrbiapply.gov.in ਤੇ ਕਰੋ ਅਪਲਾਈ ਤਾਂ ਦੋਸਤੋ ਰੇਲਵੇ ਭਾਰਤੀ ਬੋਰਡ ਨੇ 5 ਸਾਲਾਂ ਬਾਅਦ ਗੈਰ ਤਕਨੀਕੀ ਪ੍ਰਸਿੱਧਾ ਸ਼੍ਰੇਣੀ ਦੇ ਤਹਿਤ ਨਵੇਂ ਭਰਤੀ ਦਾ ਐਲਾਨ ਕੀਤਾ ਹੈ ਇਸ ਭਰਤੀ ਦੇ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ ਇਸੇਕਾ ਉਮੀਦਵਾਰ 13 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹਨ ਅਰਜ਼ੀ ਦੇ ਲਈ ਲਿੰਕ RRB ਦੀ ਵੈੱਬਸਾਈਟ www.rrbapply.gov.in ਤੇ ਉਪਲਬਧ ਹੈ ਇਸ ਵਾਰ ਭਾਰਤੀਆ 8113 ਅਸਾਮੀਆਂ ਤੇ ਕੀਤੀ ਜਾਵੇਗੀ ਜਿਸ ਵਿੱਚ ਵੱਖ-ਵੱਖ ਅਸਾਮੀਆਂ ਜਿਵੇਂ ਕਿ ਗੁਰਜਾ ਟ੍ਰੇਨ ਮੈਨੇਜਰ ਚੀਫ ਕਮਰਸ਼ੀਅਲ ਕਮ ਟਿਕਟਾ ਸੁਪਰਵਾਈਜ਼ਰ ਸੀਨੀਅਰ ਕਲਰਕ ਕਮ ਟਾਈਪਿਸਟ ਜੂਨੀਅਰ ਅਕਾਊਂਟ ਅਸਿਸਟੈਂਟ ਕਮ ਟਾਈਪਿਸਟ ਅਤੇ ਸਟੇਸ਼ਨ ਮਾਸਟਰ ਸ਼ਾਮਲ ਹਨ ਸ਼ੁੱਕਰਵਾਰ ਨੂੰ ਆਰਆਰਬੀ ਦੀ ਸਾਰੀਆਂ ਵੈੱਬਸਾਈਟਾਂ ਤੇ ਭਾਰਤੀ ਦੇ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਵਿੱਚ ਸੀਬੀਟੀ ਕੰਪਿਊਟਰ ਆਧਾਰਤ ਟੈਸਟ ਅਤੇ ਪ੍ਰਿਕਾ ਪੈਟਰਨ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਐ ਜੀ ਪੀ ਸੀ ਅਤੇ ਕੈਨੇਡੀਅਨ ਸਿੱਖ ਐਮ ਪੀਜ਼ ਨੂੰ ਦਸਤਾਰ ਤੇ ਪਾਬੰਦੀ ਦਾ ਮੁੱਦਾ ਚੁੱਕਣ ਦੀ ਅਪੀਲ ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਸ਼ਨੀਵਾਰ ਨੂੰ ਸਿੱਖਰ ਲਈ ਸਿੱਖ ਸੰਸਥਾ ਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਨੂੰ ਦੇਖਦੇ ਕਿਊਬਿਕ ਸਵੇਰੇ ਵੇਚ ਅਹੁਦਿਆਂ ਤੇ ਬੈਠੇ ਸਰਕਾਰੀ ਕਰਮਚਾਰੀਆਂ ਦੇ ਲਈ ਦਸਤਾਰ ਤੇ ਪਾਬੰਦੀ ਦਾ ਮੁੱਦਾ ਉਠਾਉਂਦੇ ਅਪੀਲ ਕੀਤੀ ਹੈ ਭਾਰਤ ਦੇ ਸਾਬਕਾ ਸੰਸਦ ਮੈਂਬਰ ਤਰਲੋਚਨ ਸੰਘਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਕਾਲ ਤਖਤ ਅਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਨੂੰ ਯੂਕੇ ਦੇ ਸੰਸਦ ਮੈਂਬਰਾਂ ਦੇ ਮਿਸਾਲ ਤੇ ਮੁੱਦਾ ਚੁੱਕੰਦਿਆ ਬਿਲ ਕਿਤੇ ਜਿਨ੍ਹਾਂ ਨੇ ਸਿੱਖ ਜਨਾਂ ਦੇ ਇਰਾਕੇ ਦੇ ਲਈ ਦਸਤਾਰ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੇ ਵਿੱਚ ਸੋਧ ਕਰਵਾਈ ਸੀ ਕਿਊਬੈਕ ਆ ਸੁਬਿਰ ਬੈਚਾ ਦਸਤਾਰ ਜਾਂ ਹਜਾਬ ਪਹਿਨਣ ਤੇ ਪਾਵੰਦੀ ਜੂਨ 2019 ਦੇ ਵਿੱਚ ਅਪਣਾਇਆ ਗਿਆ ਵਿਵਾਦ ਦਾ ਗ੍ਰਾਸਤਾ ਕਾਨੂੰਨਾ ਬੈਲਾ 21ਵਜੋ ਜਾਣਿਆ ਜਾਂਦਾ ਜਿਸ ਦੇ ਤਹਿਤ ਕਿਊਬਿਕ ਅਸਬਿਰ ਵਿਚ ਜੱਜਾਂ ਪੁਲਿਸ ਅਧਿਕਾਰੀਆਂ ਅਧਿਆਪਕਾਂ ਤੇ ਅਧਿਕਾਰਤ ਜਨਤਕ ਸੇਵਕਾਂ ਨੂੰ ਕੰਮ ਤੇ ਸ਼ਰੀ ਸਹੇਬਾ ਪੱਗ ਜਾਂ ਹਜਾਬ ਬਾਗੇ ਚੈਨ ਪੈਨਨ ਤੋਂ ਮਨਾ ਕਰਦਾ ਹੈ ਮੋਦੀ ਸਰਕਾਰ 3.0 ਕਾਰਜਕਾਲ ਦੇ ਵਿੱਚ ਲਾਗੂ ਕਰੇਗੀ ਇੱਕ ਰਾਸ਼ਟਰ ਇੱਕ ਚੋਣ ਫਾਰਮੂਲਾ ਜਾਨੋ ਕਦੋਂ ਹੋਣਗੀਆਂ ਇਕੱਠੀਆਂ ਚੋਣਾਂ ਇੱਕ ਦੇਸ਼ ਇੱਕ ਚੁੰਦਲੇ ਸਰਕਾਰ ਦਿਨਾਂ ਤਿਆਰੀਆਂ ਜੁਰਾਂ ਤਹਾਨ ਸਰਕਾਰ ਤੇ ਭਾਈਪਾ ਦੇ ਅੱਧਿਆ સૂਤਰਾ ਦੇ ਵੱਲੋਂ ਇਥੋਂ ਤੱਕ ਦਾਵਾ ਕੀਤਾ ਜਾ ਰਿਹਾ ਕਿ ਮੁਦੇ ਸਰਕਾਰ ਆਪਣੇ ਐਸਆ 3.0 ਕਾਰਜਕਾਲ ਦੇ ਦੌਰਾਨ ਇੱਕ ਦੇਸ਼ ਇੱਕ ਚੋਣਾਂ ਜੋ ਇਹਨਾਂ ਨੂੰ ਲਾਗੂ ਕਰਨ ਦੇ ਲਈ ਵਚਨਬੱਧ ਹੈ। ਸੁਤਰਾ ਦੇ ਮੰਨਿਆਤਾ ਤੀਜੇ ਕਾਰਜਕਾਲ ਦੇ ਮਿਆਦ ਦੇ ਦੌਰਾਨ ਸਮੰਤਰ ਚੋਣਾਂ ਯਕੀਨੀ ਤੌਰ ਤੇ ਲਾਗੂ ਕੀਤੀਆਂ ਜਾਣਗੀਆਂ। ਸਰਕਾਰ ਨੂੰ ਪ੍ਰੋਸਾ ਕਿ ਐਸਾ ਸੁਧਾਰਤਮਕ ਕਦਮ ਨੂੰ ਵਕ ਵਕ ਪਾਰਟੀਆਂ ਦਾ ਸਮਰਥਨ ਮਿਲੇਗਾ ਭਾਜਪੀ ਨੇ ਆਂਡੀਆ ਦੇ ਪਹਿਲੇ ਦੋ ਕਾਰਜਕਾਲ 2014 ਤੋਂ 2024 ਦੇ ਦੌਰਾਨ ਆਪਣੇ ਦਮ ਤੇ ਬਹਾਮਤ ਹਾਸਲ ਕੀਤਾ ਸੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਰਿਪੋਰਟ ਪੀਐਮ મોદી ਦੇ ਲਗਾਤਾਰ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨ ਤੋਂ ਪਹਿਲਾਂ ਆਈ ਹੈ ਪੀਐਮ મોદી ਨੇ ਆਪਣੀ ਚੋਣ ਮਹਿੰਮ ਦੇ ਵਿੱਚ ਬਾਰ-ਬਾਰ ਦੁਹਰਾਇਆ ਸੀ ਕਿ ਉਹਨਾਂ ਦੇ ਤੀਜੇ ਕਾਰਜਕਾਲ ਦੇ ਵਿੱਚ ਕਾਝਾ ਮਹੱਤਵਪੂਰਨ ਫੈਸਲੇ ਲਏ ਜਾਣਗੇ ਪਿਛਲੇ ਸਾਲ ਮਾਰਚ ਵਿੱਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੇ ਇੱਕ ਪੈਨਲ ਨੇ ਓਐਨਓਈ ਬਾਰੇ ਆਪਣੀ ਰਿਪੋਰਟ ਰਾਸ਼ਟਰਪਤੀ ਦਰਪਰਦੇ ਮਰਮ ਨੂੰ ਸੰਪੇਸ਼ਕ ਕਮੇਟੀ ਨੇ ਸਮੰਤਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਉਰਜੋਰਾ ਸਮਰਥਨ ਕੀਤਾ ਚੰਡੀਗੜ੍ਹ ਤੇ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ 24 ਘੰਟਿਆਂ ਦੇ ਲਈ ਅਲਰਟ ਜਾਰੀ ਮੌਨਸੂਨਾ ਹੁਣਾ ਪੂਰਬੀ ਬੰਗਾਲ ਦੇ ਖਾੜੀ ਦੇ ਆਲੇ ਦੁਆਲੇ ਦੇ ਰਾਜਾਂ ਦੇ ਨੇੜੇ ਹੌਲੀ ਹੌਲੀ ਸੁੰਗੜਨਾ ਸ਼ੁਰੂ ਹੋ ਗਿਆ ਹੈ ਪਰ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਇਸ ਵੇਲੇ ਭਾਰੀ ਬਾਰਿਸ਼ ਹੋ ਰਹੀ ਹੈ ਖਾਸ ਕਰਕੇ ਉੱਤਰੀ ਭਾਰਤ ਦੇ ਕਈ ਸੂਬੇ ਇਸ ਵੇਲੇ ਹੜਾਂ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਆਈਐਮਡੀ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਹਰਿਆਣਾ ਪੰਜਾਬ ਦੇ ਕਾਝ ਹਿੱਸਿਆਂ ਵਿੱਚ ਸਭ ਤੋਂ ਵੱਧ ਮੀਂਹ ਪਿਆ ਪਟੌਂਦੀ ਗੁਰੂਗ੍ਰਾਮ ਦੇ ਵਿੱਚ 21 ਸੈਂਟੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਇਸ ਵੇਲੇ ਚੰਡੀਗੜ੍ਹ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਇਸ ਸਮੇਂ ਚੰਡੀਗੜ੍ਹ ਜੀਰਕਪੁਰ ਮਹਾਲੀ ਰਾਏਪੁਰਾ ਅਤੇ ਪਟਿਆਲਾ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਦੇ ਵਿੱਚ ਮੌਸਮ ਦੇ ਹਾਲਾਤ ਇਸੇ ਤਰ੍ਹਾਂ ਬਣੇ ਰਹਿਣ ਦੇ ਆਸਾਰ ਹਨ ਕਮੰਤਰੀ ਬਾਜ਼ਾਰ ਦੇ ਵਿੱਚ ਮਹਿੰਗੇਗੀ ਪੰਜਾਬ ਦੀ ਬਾਸਮਤੀ ਕੇਂਦਰੀ ਸਰਕਾਰ ਦੇ ਵੱਲੋਂ ਬਾਸਮਤੀ ਤੇ ਆਪਣਾ ਕੀਮਤ ਦਾ ਕੰਟਰੋਲ ਹੁਕਮ ਵਾਪਸ ਲੈਣ ਦੇ ਨਾਲ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਭਾਅ ਮਿਲਣ ਦੇ ਆਸਾਰ ਬਣ ਗਿਆ ਹਨ ਪੰਜਾਬ ਅਤੇ ਹਰਿਆਣਾ ਦੀ ਬਾਸਮਤੀ ਹੁਣ ਕਮੰਤਰੀ ਬਾਜ਼ਾਰ ਦੇ ਵਿੱਚ ਮਹਿੰਗੇਗੀ ਅਤੇ ਐਤਕੀ ਦੁਮੇਂ ਸਵੇਰ ਤੋਂ ਬਾਸਮਤੀ ਦੀ ਬਰਾਮਦਤਾ ਵਧੇਗੀ ਪੰਜਾਬ ਦੇ ਮਾਝੇ ਖੇਤਰ ਵਿੱਚ ਹੁਣ ਤੱਕ छपंजा सौ त्रेहट टन बासमती खरीदी जा चुकी है अतिदा भा बौ भी रुपए तो लैके लगभग तीन हज़ार रुपए प्रति कुंटल तक रहा जबकि हरियाणा में बासमती तीन हज़ार रुपए प्रति कुंटल तक बिकी है पिछले साल बासमती का भा सताई सौ रुपए तो लैके चौंती सौ दस रुपए प्रति कुंटल तक हालांकि साल दो हज़ार बईच यो भा अठती सौ रुपए प्रति कुंटल तक भी रहा ਪਿਛਲੇ ਸਾਲ ਕੇਂਦਰ ਦੇ ਵੱਲੋਂ ਬਰਾਮਦ ਮੌਲਤੇ ਸ਼ਰਤਾਂ ਤੈਅ ਕੀਤੇ ਜਾਣ ਦੇ ਕਾਰਨ ਕਿ ਸਨਨ ਨੁਕਸਾਨ ਵਿੱਚ ਚੱਲਣਾ ਪਿਆ ਸੀ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਚੁੱਕੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਬਾਹਸਮੱਤੇ ਦੀ ਮੰਗ ਵਧਨ ਦੇ ਕਾਰਨ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਬਾਹਸਮੱਤੇ ਦੇ ਭਾਅ 5000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਣ ਦੀ ਉਮੀਦ ਹੈ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਕੇ ਕਸੂਤੇ ਫਸੇ ਰਵਨੀਤ ਤੇ ਬਿੱਟੂ ਕਾਂਗਰਸ ਨੇ ਖੋਲਿਆ ਕੇਂਦਰੀ ਮੰਤਰੀ ਦੇ ਖਿਲਾਫ ਮੋਰਚਾ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘਾ ਬਾਜਬਾ ਨੇ ਰਵਨੀਤ ਸਿੰਘਾ ਬਿੱਟੂ ਦੇ ਬੋਲ ਕੀਤੀ ਕਿ ਕਾਨੂੰਨੀ ਅਤੇ ਗੈਰ ਸੰਵਿਧਾਨਕ ਟਿੱਪਣੀ ਦੀ ਸਖਤ ਨਖੇਦੀ ਕੀਤੀ ਜਿਸ ਵਿੱਚ ਆ ਬਿੱਟੂ ਨੇ ਲੋਕ ਸਭਾ ਦੇ ਵਿੱਚ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਨੂੰ ਅੱਤਵਾਦੀ ਘਰਾਰ ਦਿੱਤਾ ਹੈ ਅਦੇਹਾ ਬਿਆਨ ਨਾ ਸਿਰਫ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਕਾਰ ਦੀ ਪੂਰੀ ਘਾਟ ਨੂੰ ਦਰਸਾਉਂਦਾ ਹੈ ਸਗੋਂ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਦੇ ਪ੍ਰਤੀ ਚਿੰਤਾਜਨਕ ਅਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ ਇਹ ਟੰਗਾ ਇਦਨਾਲ ਚਿੰਤਾ ਦੀ ਗੱਲ ਹੈ ਕਿ ਇੱਕ ਮੰਤਰੀ ਜੋ ਕਿ ਟੈਕਸ ਅਦਾਤਾਵਾਂ ਦੇ ਦੁਆਰਾ ਫੰਡ ਪ੍ਰਾਪਤ ਕਰਦਾ ਹੈ ਉਹਨਾਂ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਸਮਝਣ ਦੇ ਵਿੱਚ ਅਸਫਲ ਰਹਿੰਦਾ ਤੇ ਜਿਨ੍ਹਾਂ ਨੂੰ ਕਾਇਮ ਰੱਖਣ ਦੇ ਲਈ ਉਸ ਨੇ ਸੌ ਖਾਦਿਆ ਉਹਦੀਆਂ અપਮਾਨਜਨਕ ਟਿੱਪਣੀਆਂ ਨਾ ਸਿਰਫ ਸਿੱਖਿਆ ਤੇ ਸੰਸਦੀ ਸਿਧਾਂਤਾਂ ਦੀ ਸਮਝ ਦੀ ਡੂੰਗੀ ਘਾਟ ਨੂੰ ਦਰਸਾਉਂਦੀਆਂ ਤੇ ਸਗੋਂ ਜ਼ਿੰਮੇਵਾਰੀ ਜਨਤਕ ਆਚਰਣ ਦੇ ਲਈ ਇੱਕ ਆਪਿਆਂਕ ਅਣਦੇਖੀ ਵੀ ਦਰਸਾਉਂਦੀਆਂ ਤੇ ਉਹਨਾਂ ਨੇ ਕਹਿ ਕੇ ਸੰਸਦ ਦਾ ਮੈਂਬਰ ਰਵਨੀਤਾ ਬਿੱਟੂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਡੀਏਪ ਖਾਤ ਦੇ ਘਾਟ ਦੇ ਕਾਰਨ ਪੰਜਾਬ ਨੂੰ ਜੀਐਸਟੀ ਦੇ ਰੂਪ ਦੇ ਵਿੱਚ ਜਾਂ ਹੋ ਰਿਹਾ 50 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਤਾਂ ਦੋਸਤੋ ਡੀਏਪ ਖਾਤ ਦੇ ਘਾਟ ਦੇ ਕਾਰਨ ਹਰਿਆਣਾ ਰਾਜ ਆ ਪੰਜਾਬ ਨੂੰ ਜੀਐਸਟੀ ਦੇ ਰੂਪ ਦੇ ਵਿੱਚ ਜਾਂ ਵੱਡਾ ਰਗੜਾ ਲਗਾ ਰਿਹਾ ਹੈ ਕਾਸ਼ਤ ਲਈ ਕਿਸਾਨਾਂ ਦੇ ਵੱਲੋਂ ਖਾਤ ਦਾ ਇੱਕ ਤਿਹਾਈ ਹਿੱਸਾ ਹਰਿਆਣਾ ਰਾਜ ਤੋਂ ਲਿਆਉਣ ਦੇ ਕਰਕੇ ਜਿੱਥੇ ਇੱਕ ਕਿਸਾਨ ਦਾ ਪੈਸਾ ਤੇ ਸਮਾਂ ਬਰਬਾਦ ਹੋ ਰਿਹਾ ਉੱਥੇ ਪੰਜਾਬ ਦੇ ਖਜ਼ਾਨੇ ਨੂੰ ਵੀ ਵੱਡੇ ਛੱਟ ਵੱਜ ਰਹੀ ਹੈ ਜਾਣਕਾਰ ਦੇ ਅਨੁਸਾਰ ਪੰਜਾਬ ਦੇ ਵਿੱਚ ਡੀਪੀ ਦੀ 8 ਲੱਖ ਮੀਟਰਕ ਟਨ ਤੇ ਜੂਰੀਆ ਖਾਦ ਦੀ 30 ਲੱਖ ਮੀਟਰਕ ਟਨ ਆਸਤਨ ਖਾਦ ਤਾਂ ਇਹ ਵੀ ਪੰਜਾਬ ਦੇ ਵਿੱਚ ਸਹਾਕਾਰੀ ਖੇਤਰ ਨੂੰ 60 ਫੀਸਦੀ ਤੇ ਨਿੱਜੀ ਡੀਲਰਾਂ ਨੂੰ 40 ਫੀਸਦੀ ਖਾਦ ਦੇਣ ਦੇ ਨਿਯਮਾਂ ਦੇ ਕਾਰਨ ਖਾਦ ਮਹੱਯਾ ਕਰਵਾਉਣ ਦੇ ਲਈ ਕੰਪਨੀਆਂ ਦੇ ਵਿੱਚ ਉਤਸ਼ਾਹ ਮੱਠਾ ਹੀ ਰਹਿੰਦਾ ਹੈ ਪੰਜਾਬ ਔਰ ਸਾਇਨਾ ਖਾਦਾਂ ਦੇ ਵਰਤੋਂ ਦੇ ਮਾਮਲੇ ਦੇ ਵਿੱਚ ਤੀਜਾ ਸੂਬਾ ਮੰਨਿਆ ਜਾਂਦਾ ਸਥਿਤੀ ਦਾ ਆਲਮ ਇਹ ਹੈ ਕਿ ਪੰਜਾਬ ਦੇ ਵਿੱਚ ਅਸ ਵੇਲੇ ਵੀ ਡੀਏਪੀ ਖਾਦ ਦਾ ਗੰਭੀਰ ਸੰਕਟ ਬਣਿਆ ਹੋਇਆ ਹੈ ਜਾਣਕਾਰ ਦੇ ਅਨੁਸਾਰ ਪੰਜਾਬ ਦੇ ਵਿੱਚ ਡੀਏਪੀ ਜੂਰੀਆ ਫਾਸਫੋਰਸ ਸਪੋਟਾਸ਼ ਆਦ ਦਾ ਖਾਦਾਂ ਦੇ ਲੱਖਾਂ ਟਨ ਖਪਤ ਦੇ ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਡੀਏਪੀ ਖਾਦ ਦੇ ਲਗਭਗ 825000 ਮੀਟਰਕ ਟਨ ਤੇ ਜੂਰੀਆ ਦੇ 92.37 ਲੱਖ ਮੀਟਰਕ ਟਨ ਖਾਦ ਦੀ ਮੰਗਾਂ ਦੱਸੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਖਾਦਾਂ ਦੀ ਕਮੀ ਦੇ ਕਾਰਨ ਕਿਸਾਨਾਂ ਨੂੰ ਇੱਕ ਤਿਹਾਈ ਹਿੱਸਾ ਖਾਦ ਹਰਿਆਣਾ ਰਾਜ ਦੇ ਵਿੱਚ ਲਿਆਉਣੀ ਪੈਂਦੀ ਹੈ ਤੇ ਇਹ ਕਈ ਖਾਦਾਂ ਦੇ ਉੱਪਰ 5% ਦੇ GST ਲੱਗਿਆ ਹੋਇਆ ਹੈ ਜੇਕਰ DDP ਤੇ ਜੂਰੀਆ ਤੇ GST ਦਾ ਹਿਸਾਬ ਕਿਤਾਬ ਲਗਾਏ ਜਾਵੇ ਤਾਂ ਇਹ ਲਗਭਗ 175 ਕਰੋੜ ਰੁਪਏ ਤੋਂ ਵੱਧ ਬਣਦਾ ਹੈ ਹਰਿਆਣਾ ਤੋਂ ਆਉਂਦੀ 30% ਖਾਦ ਦਾ GST 53 ਕਰੋੜ ਰੁਪਏ ਦੇ ਕਰੀਬ ਆ ਬਣਦਾ ਜੇਕਰ ਕੇਂਦਰ ਦਾ ਅੱਧਾ ਹਿੱਸਾ ਦੇੰਤ ਬਾਅਦ ਵੀ ਪੰਜਾਬ ਨੂੰ ਹਰ ਸਾਲ ਲਗਭਗ 27 ਕਰੋੜ ਰੁਪਏ ਦਾ ਵੱਡਾ ਰਗੜਾ ਲੱਗ ਰਿਹਾ ਹੈ